ਕਿੱਧਰ? ਸਰ ਜੀ ਸਾਡੀ ਫਿਲਮ ਆ ਰਹੀ ਹੈ ਜੀ, ਮਸਾ ਤੇ ਕਿਤੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਤੇ ਫਿਲਮ ਆ ਰਹੀ ਹੈ। 11 ਅਕਤੂਬਰ ਨੂੰ ਮਿੱਤਰਾਂ ਦਾ ਚੱਲਿਆ ਟਰੱਕ ਨੀ। ਸੁਨੰਦਾ ਸ਼ਰਮਾ ਨੂੰ ਰੋਕਿਆ ਪੰਜਾਬ ਪੁਲਿਸ ਨੇ। ਜੀ ਹਾਂ, ਰੀਸੈਂਟਲੀ ਸੁਨੰਦਾ ਸ਼ਰਮਾ ਨੂੰ ਟਰੱਕ ਚਲਾਉਂਦੇ ਹੋਏ ਪੰਜਾਬ ਪੁਲਿਸ ਨੇ ਰੋਕਿਆ ਤੇ ਮਸਾ ਹੀ ਸੁਨੰਦਾ ਸ਼ਰਮਾ ਦਾ ਚਲਾਨ ਹੋਣ ਤੋਂ ਬਚਿਆ। ਰੀਸੈਂਟਲੀ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਸੁਨੰਦਾ ਸ਼ਰਮਾ ਟਰੱਕ ਚਲਾ ਕੇ ਹੀ ਆਪਣੀ ਆਉਣ ਵਾਲੀ ਫਿਲਮ ਮਿੱਤਰਾਂ ਦਾ ਚੱਲਿਆ ਟਰੱਕ ਨੀ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਨੇ। ਤੇ ਦੱਸ ਦਈਏ ਕਿ ਇਸੇ ਦੌਰਾਨ ਸੁਨੰਦਾ ਸ਼ਰਮਾ ਨੂੰ ਰੋਕਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ, ਜਿਸ ਦੇ ਵਿੱਚ ਕਿ ਸੁਨੰਦਾ ਸ਼ਰਮਾ ਨੂੰ ਰੋਕਦੇ ਹੋਏ ਪੰਜਾਬ ਪੁਲਿਸ ਦੇ ਇੱਕ ਆਫਿਸਰ ਨਜ਼ਰ ਆ ਰਹੇ ਨੇ। ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੇ ਵੱਲੋਂ ਸੁਨੰਦਾ ਸ਼ਰਮਾ ਨੂੰ ਟਰੱਕ ਚਲਾਉਂਦੇ ਹੋਏ ਰੋਕਿਆ ਗਿਆ ਤੇ ਸੁਨੰਦਾ ਸ਼ਰਮਾ ਨੂੰ ਪੁੱਛਿਆ ਗਿਆ ਕਿ ਇਹ ਕਿੱਧਰ ਨੂੰ ਚੱਲੇ ਹੋ ਤੁਸੀਂ। ਨਾਲ ਹੀ ਸੁਨੰਦਾ ਸ਼ਰਮਾ ਨੂੰ ਇਹ ਵੀ ਪੁੱਛਿਆ ਗਿਆ ਕਿ ਇਹ ਕਿਵੇਂ ਸਜਾਇਆ ਹੋਇਆ ਟਰੱਕ ਨੂੰ, ਇਹ ਕਿੱਥੇ ਚੱਲਿਓ। ਦਰਅਸਲ ਅਸੀਂ ਵੇਖ ਸਕਦੇ ਹਾਂ ਕਿ ਇਸ ਟਰੱਕ ਦੇ ਉੱਤੇ ਮਿੱਤਰਾਂ ਦਾ ਚੱਲਿਆ ਟਰੱਕ ਨੀ ਫਿਲਮ ਦੇ ਪੋਸਟਰਸ ਵੀ ਲੱਗੇ ਹੋਏ ਨੇ ਤੇ ਇਸ ਟਰੱਕ ਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਸਜਾਇਆ ਵੀ ਗਿਆ। ਸੋ ਇਸ ਟਰੱਕ ਨੂੰ ਦੇਖਦੇ ਹੋਏ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਸੁਨੰਦਾ ਸ਼ਰਮਾ ਨੂੰ ਰੋਕਿਆ ਗਿਆ ਤੇ ਉਹਨਾਂ ਕਿਹਾ ਕਿ ਬੜੀ ਮੁਸ਼ਕਿਲ ਦੇ ਨਾਲ ਤਾਂ ਮਸਾਂ ਹੀ ਤਾਂ ਫਿਲਮ ਆ ਰਹੀ ਹੈ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਉੱਤੇ, ਪਲੀਜ਼ ਸਾਨੂੰ ਨਾ ਰੋਕੋ ਤੇ ਅਸੀਂ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਾਂ। ਤੇ ਦੱਸ ਦਈਏ ਕਿ ਸੁਨੰਦਾ ਸ਼ਰਮਾ ਨੇ ਫਿਰ ਪੁਲਿਸ ਮੁਲਾਜ਼ਮ ਨੂੰ ਵੀ ਕਹਿ ਦਿੱਤਾ ਕਿ ਯੈਸ, ਤੁਸੀਂ ਵੀ ਸਾਡੀ ਫਿਲਮ ਨੂੰ ਵੇਖਣ ਦੇ ਲਈ ਪਹੁੰਚੇ ਹੋ 11 ਅਕਤੂਬਰ ਨੂੰ, ਤੇ ਜਿਸ ਤੋਂ ਬਾਅਦ ਪੁਲਿਸ ਵਾਲੇ ਕਹਿੰਦੇ ਨੇ ਕਿ ਯੈਸ ਅਸੀਂ ਵੀ ਵੇਖਣ ਜਾਵਾਂਗੇ ਤੇ ਟਿਕਟਾਂ। ਸੋ ਫਿਰ ਸੁਨੰਦਾ ਕਹਿੰਦੇ ਨੇ ਕਿ ਯੈਸ ਟਿਕਟ ਤੁਹਾਨੂੰ ਅਸੀਂ ਦੇ ਦੇਵਾਂਗੇ, ਲੇਕਿਨ ਇਸ ਦਾ ਜਵਾਬ ਪੁਲਿਸ ਮੁਲਾਜ਼ਮ ਦਿੰਦੇ ਨੇ ਕਿ ਨਹੀਂ, ਅਸੀਂ ਖੁਦ ਹੀ ਟਿਕਟਸ ਲੈ ਲਵਾਂਗੇ। ਸੋ ਇਹ ਕਿਊਟ ਜਿਹੀ ਰੀਲ, ਫਨੀ ਰੀਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਤੁਸੀਂ ਇਸ ਫਿਲਮ ਨੂੰ ਵੇਖਣ ਦੇ ਲਈ ਕਿੰਨੇ ਐਕਸਾਈਟਿਡ ਹੋ, ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਹੁਣ ਗੱਲ ਕਰੀਏ ਮਿੱਤਰਾਂ ਦਾ ਚੱਲਿਆ ਟਰੱਕ ਨੀ ਫਿਲਮ ਦੀ। ਤੇ ਇਸ ਫਿਲਮ ਦੇ ਵਿੱਚ ਸਾਨੂੰ ਅਮਰਿੰਦਰ ਗਿੱਲ, ਸਿਆਨੀ ਗੁਪਤਾ ਤੇ ਸੁਨੰਦਾ ਸ਼ਰਮਾ ਤਿੰਨੋਂ ਹੀ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੇ ਨੇ। ਰਾਕੇਸ਼ ਧਵਨ ਵੱਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਇਸ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਰਿਦਮ ਬੁਆਇਜ਼ ਗਿੱਲਸ ਨੈਟਵਰਕ ਐਂਡ C2 Sky ਪ੍ਰੋਡਕਸ਼ਨਸ। ਰਿਦਮ ਬੁਆਇਜ਼ ਗਿੱਲ ਨੈਟਵਰਕ ਐਂਡ C2 Sky ਪ੍ਰੋਡਕਸ਼ਨਸ ਦੇ ਬੈਨਰ ਹੇਠ 11 ਅਕਤੂਬਰ ਨੂੰ, ਯਾਨੀ ਕਿ ਇਸੇ ਸ਼ੁੱਕਰਵਾਰ ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇ ਰਹੀ ਹੈ। ਕਿੰਨੇ ਉਤਸੁਕ ਹੋ, ਕਮੈਂਟ ਕਰਕੇ ਦੱਸੋ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟਸ, ਵੀਡੀਓਜ਼ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।